ਫਗਵਾੜਾ ਜਲੰਧਰ ਮੁੱਖ ਮਾਰਗ 'ਤੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਗੈਸ ਨਾਲ ਭਰੇ ਕੈਂਟਰ PRTC ਦੀ ਬੱਸ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਦੀ ਟੱਕਰ ਵੱਜਣ ਤੋਂ ਬਾਅਦ ਬੱਸ ਅਤੇ ਕਾਰ ਪਲਟ ਗਈਆਂ। ਦੱਸਿਆ ਜਾ ਰਿਹਾ ਹੈ ਕਿ ਉਕਤ ਹਾਦਸਾ ਗੈਸ ਨਾਲ ਭਰੇ ਕੈਂਟਰ ਵੱਲੋਂ ਬੱਸ ਨੂੰ ਟੱਕਰ ਮਾਰਨ ਤੋਂ ਬਾਅਦ ਬੱਸ ਕਾਰ ਵਿੱਚ ਵੱਜਣ ਨਾਲ ਵਾਪਰਿਆ ਹੈ। ਇਸ ਸੰਬੰਧੀ ਬੱਸ ਵਿੱਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਉਕਤ ਹਾਦਸਾ ਕੈਂਟਰ ਚਾਲਕ ਦੀ ਗਲਤੀ ਕਾਰਨ ਹੋਇਆ ਹੈ। ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 40 ਦੇ ਕਰੀਬ ਸਵਾਰੀਆਂ ਮੌਜੂਦ ਸਨ ਜਿਨ੍ਹਾਂ ਦੇ ਮਾਮੂਲੀ ਸੱਟਾਂ ਵੱਜੀਆਂ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਦਿਲਬਾਗ ਸਿੰਘ। ਦਿਲਬਾਗ ਸਿੰਘ ਜੀ, ਕੀ ਕਿੱਥੋਂ ਆ ਰਹੇ ਸੀ ਤੁਸੀਂ? ਅਸੀਂ ਪਟਿਆਲੇ ਤੋਂ ਬਹਿ ਕੇ ਆ ਰਹੇ ਸਵਾਰੀਆਂ ਜੀ। ਅੱਛਾ ਜੀ। ਅਤੇ ਜਦੋਂ ਇਹ ਮਤਲਬ ਬੱਸ ਵੀ ਆ ਰਹੀ ਆ, ਬੱਸ ਥੋੜ੍ਹੀ ਜਿਹਾ ਸੋਰੀ ਪੀੜ ਅਤੇ ਇਹਦੇ ਕਾਰ ਵਾਲਾ ਪਾਸ ਕਰਨ ਡਿਆ, ਜਦੋਂ ਇਹ ਟਰਾਲਾ ਮਗਰ ਵੱਜਿਆ ਨਾ, ਬੱਸ ਨੂੰ ਘੁਮਾ ਦਿੱਤਾ ਉਹਨੇ ਫੜ ਕੇ। ਪਹਿਲਾਂ ਤਾਂ ਉੱਧਰ ਚੜ੍ਹਾ ਦੇ, ਬੱਸ ਉਹਨੇ ਸੰਭਲੀ ਆਈ ਡਰਾਈਵਰ ਨੇ, ਪਰ ਨਹੀਂ ਸੰਭਲੀ ਗਈ। ਜਦੋਂ ਇਹ ਟਰਾਲਾ ਮਗਰ ਵੱਜਾ, ਘੁਮਾ ਕੇ ਅਤੇ ਨਿੱਕੇ ਰੋਡ ਸੜਕ 'ਚ ਕਰਤੀ। ਮਤਲਬ ਟਰਾਲਾ ਜ਼ਿਆਦਾ ਸਪੀਡ 'ਚ ਆਉਣ ਕਰਕੇ? ਟਰਾਲਾ ਜ਼ਿਆਦਾ, ਪਤਾ ਨਹੀਂ ਉਹਨੂੰ ਨੀਂਦਰ ਆਈ ਆ ਕੀ ਗੱਲ ਬਣੀ ਆ ਕੀ ਨਹੀਂ ਬਣੀ, ਜ਼ਿਆਦਾ ਸਪੀਡ 'ਚ ਕਰਕੇ ਬੱਸ ਸਲੋ ਹੋਈ, ਉਹਨੇ ਜਿਉਂ ਮਗਰੋਂ ਧੱਕੀ ਆ, ਬੱਸ ਹੀ ਨਿੱਕੇ ਰੋਕ ਕਰਤੀ। ਕਿਹੜੀ ਬੱਸ ਹੈ ਵੱਡੇ ਬਾਈ ਜੀ? ਇਹ PRTC ਆ ਜੀ। ਕਾਰ ਵੀ ਸੀ ਵਿੱਚ ਲਪੇਟ 'ਚ ਆ ਗਈ? ਲਪੇਟ 'ਚ ਜਦੋਂ ਉਹਨੇ ਬੱਸ ਨੂੰ ਧੱਕਿਆ ਨਾ, ਨਾਲ ਹੀ ਉਹ ਕਾਰ ਵੀ ਅਗਲੇ ਬੰਨੇ ਪਾਸ ਕਰਨ ਡਈ, ਉਹਨੂੰ ਠੋਕਰ ਵੱਜੀ, ਉਹ ਵੀ ਘੁੰਮ ਗਈ, ਨਾਲ ਹੀ ਉਹਨੇ ਬੱਸ। ਕਿੰਨੀਆਂ ਕੁ ਸਵਾਰੀਆਂ ਲੱਗਦੀਆਂ ਸੀ ਵੱਡੇ ਬਾਈ ਬੱਸ 'ਚ? 40 ਕੁ ਸਵਾਰੀਆਂ ਜੀ। ਵਿਚਾਰਿਆ ਜੀ ਸਾਰੀਆਂ ਸਵਾਰੀਆਂ, ਅਸੀਂ ਕੱਢੀਆਂ ਆਪ ਕੱਢੀਆਂ, ਕਾਰ ਵਾਲੇ ਵੀ ਕੱਢੇ ਆ, ਇਹ ਵੀ ਕੱਢੇ ਅਸੀਂ। ਹਾਦਸਾ ਵਾਪਰਨ ਤੋਂ ਬਾਅਦ ਜਿੱਥੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ, ਉੱਥੇ ਹੀ ਕੈਂਟਰ ਚਾਲਕ ਦਾ ਕਹਿਣਾ ਹੈ ਕਿ ਉਕਤ ਹਾਦਸਾ ਅੱਗੇ ਜਾ ਰਹੀ ਬੱਸ ਵੱਲੋਂ ਬ੍ਰੇਕ ਮਾਰਨ ਨਾਲ ਵਾਪਰਿਆ ਹੈ, ਜਦਕਿ ਉਸ ਵੱਲੋਂ ਬੱਸ ਅਤੇ ਕਾਰ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਉਹਨਾਂ ਦੱਸਿਆ ਕਿ ਕੈਂਟਰ ਗੈਸ ਨਾਲ ਭਰਿਆ ਹੋਇਆ ਸੀ, ਪਰੰਤੂ ਪਰਮਾਤਮਾ ਦੀ ਕਿਰਪਾ ਨਾਲ ਬਚਾਅ ਹੋ ਗਿਆ। ਕੀ ਨਾਮ ਤੁਹਾਡਾ? ਮੇਰਾ ਨਾਮ ਇੰਦਰਜੀਤ। ਇੰਦਰਜੀਤ, ਕਿਹੜੀ ਜਗ੍ਹਾ ਤੋਂ ਆ ਰਹੇ ਸੀ? ਮੈਂ ਇਹ ਲਾਲੜੂ ਤੋਂ ਆ ਰਿਹਾ। ਤੇ ਕੀ ਮਾਮਲਾ ਹੋਇਆ, ਕਿਹੜੀ ਗੱਡੀ ਹੋਇਆ? ਐਕਸੀਡੈਂਟ ਹੋਇਆ। ਮੇਰੀ ਗੱਡੀ ਇਹੀ ਹੈ, ਗੈਸ ਵਾਲੀ। ਗੈਸ ਵਾਲੀ ਭਰੀ ਹੈ ਕਿ ਖਾਲੀ? ਭਰੀ ਹੈ। ਤੇ ਕੀ ਕਿੰਨਾ ਐਕਸੀਡੈਂਟ ਹੋਇਆ? ਐਕਸੀਡੈਂਟ ਕਿੱਦਾਂ ਹੋ ਗਿਆ ਜੀ? ਇਹ ਜੀ, ਮੈਂ ਹੁੰਦਿਆਂ ਤੇ ਬੱਸ ਵਾਲੇ ਨੇ ਮੇਰੇ ਗਾੜੀ ਅਰਜੈਂਟ ਬ੍ਰੇਕ ਮਾਰੀ। ਅੱਛਾ ਜੀ। ਬੱਸ ਵਾਲੇ ਨੇ ਬ੍ਰੇਕ ਮਾਰੀ, ਮੈਂ ਉਹਦੇ ਪਿੱਛੇ ਮਾਰੀ ਹੈ, ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ, ਖਿੱਚਦੇ ਖਿੱਚਦੇ ਮੈਂ ਇੱਥੇ ਤੱਕ ਆ ਗਿਆ। ਬਾਕੀ ਆ ਵੇਖ ਲਓ ਤੇ ਦੇਖੋ, ਗੱਡੀ ਬ੍ਰੇਕ ਨਾਲ ਕਾਰ ਵੀ ਠੁੱਕੀ ਆ ਕੋਈ? ਕਾਰ ਵਾਲੇ ਦਾ ਮਤਲਬ, ਕਾਰ ਵਾਲੇ ਨੇ ਉਹਦੇ ਗਾੜੀ ਬ੍ਰੇਕ ਮਾਰੀ। ਕਾਰ ਵਾਲੇ ਬੱਸ ਵਾਲੇ ਦੀ ਬ੍ਰੇਕ ਮਾਰੀ? ਬੱਸ ਵਾਲੇ ਦੇ। ਬੱਸ ਵਾਲੇ ਤੁਸੀਂ ਮਗਰ ਲੱਗੇ? ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਜਾਨੀ ਤਾਂ ਬਚਾਅ ਹੋ ਗਿਆ, ਬਾਕੀ ਇਹ ਆ ਵੀ। ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਕਾਰ ਚਾਲਕ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਰ ਵਿੱਚ ਉਸਦਾ ਪਰਿਵਾਰ ਮੌਜੂਦ ਸੀ, ਪਰ ਰਾਹ ਦੀ ਗੱਲ ਰਹੀ ਕਿ ਸਾਰੇ ਹੀ ਬਿਲਕੁਲ ਠੀਕ ਠਾਕ ਹਨ। ਕੀ ਨਾਮ ਤੁਹਾਡਾ? ਭੁਪਿੰਦਰ। ਇਹ ਜਿਹੜੇ ਬ੍ਰਿਜ ਗੱਡੀ ਹੈ ਤੁਹਾਡੀ ਹੈ ਜੀ? ਹਾਂਜੀ, ਮੇਰੀ ਮਹਿਮਾਨ। ਕੀ ਹਾਦਸਾ ਕਿੱਦਾਂ ਵਾਪਰ ਗਿਆ ਜੀ? ਹਾਦਸਾ, ਮੈਂ ਅੱਗੇ ਆ ਰਿਹਾ ਸੀ ਤੇ ਬੱਸ ਨੇ ਲਿਆ ਕੇ ਮਗਰੋਂ ਮਾਰੀ ਤੇ ਟਰੱਕ ਨੇ ਵਿੱਚ ਮਾਰਿਆ। ਅੱਛਾ। ਮੈਂ ਕ੍ਰੋਸ ਕੀਤੀ ਇੱਥੇ ਨੂੰ, ਗੱਡੀ ਬਿਲਕੁਲ ਸੋ ਗਈ ਨਾ ਜਬ ਚੁੱਪ ਜੇ ਜੀਟੀ ਰੋਡ ਤੇ, ਉਹ ਵੀ ਤੇ ਐਸੀ ਬੱਸ ਵੀ ਬਸ ਠੀਕ ਹੈ। ਹੁਣ ਸਾਰਾ ਪਰਿਵਾਰ ਗਏ ਬਾਕੀ ਠੀਕ, ਸਾਡਾ ਮਾੜੀ ਮੇਰੇ ਆਈ ਆ ਬਸ ਤੇ ਆਈ ਹੈ। ਗੱਡੀ ਦਾ ਨੁਕਸਾਨ ਆਇਆ, ਬਾਕੀ ਤੇ ਠੀਕ ਹੈ ਜੀ। ਗੱਡੀ ਗੱਡੀ ਦਾ ਉੱਤੇ ਚੜ੍ਹ ਜਾ ਲਈ ਬਸ, ਉਹਨਾਂ ਸ਼ੁਕਰ ਵੀ ਉਹ ਪਟਰੀ ਚੜ੍ਹ ਗਈ ਤੇ ਤੁਹਾਨੂੰ ਬੱਸ ਵਾਲੇ ਪਿੱਛੋਂ ਹਿੱਟ ਕੀਤੀ ਗੱਡੀ ਤੁਹਾਡੀ। ਹਾਂਜੀ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਟ੍ਰੈਫਿਕ ਪੁਲਿਸ ਅਤੇ ਥਾਣਾ ਸਿਟੀ ਦੇ SHO ਜਤਿੰਦਰ ਕੁਮਾਰ ਵੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਤੁਰੰਤ ਹੀ ਹਾਦਸਾਗ੍ਰਸਤ ਵਾਹਨਾਂ ਨੂੰ ਸਾਈਡ 'ਤੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ। ਇਸ ਮੌਕੇ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਹਾਦਸਾ ਕਿਸ ਤਰ੍ਹਾਂ ਵਾਪਰਿਆ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣੇ ਤੋਂ ਜਿਹੜਾ ਜਲੰਧਰ ਜਾਣ ਵਾਲਾ ਹਾਈਵੇ, ਉੱਥੇ ਕੈਂਟਰ ਬੱਸ ਅਤੇ ਇੱਕ ਗੱਡੀ ਦਾ ਆਪਸ 'ਚ ਐਕਸੀਡੈਂਟ ਹੋ ਗਿਆ, ਜੋ ਰੋਡ ਬਲੋਕ ਹੋ ਗਿਆ ਅਤੇ ਫਿਲਹਾਲ ਦੀ ਗੱਡੀ ਸਾਰੀ ਸਵਾਰੀਆਂ ਸੇਫ ਨੇ, ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ। ਕਿਹੜੀ ਕਿਹੜੀ ਗੱਡੀ ਦਾ ਤਾਂ ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਮੌਕੇ 'ਤੇ? ਇਹ ਇੱਕ ਕੈਂਟਰ ਹੈ ਜੀ, ਜੋ LPG ਨਾਲ ਫਿੱਲ ਹੈ, ਇੱਕ ਬੱਸ ਹੈ ਅਤੇ ਇੱਕ ਗੱਡੀ ਹੈ, ਜਿਨ੍ਹਾਂ ਦਾ ਆਪਸ ਐਕਸੀਡੈਂਟ ਹੋਇਆ ਹੈ ਅਤੇ ਸਵਾਰੀਆਂ ਸਾਰੀਆਂ ਠੀਕ ਨੇ।
ਅਤੇ ਹੁਣ ਅਸੀਂ ਮੰਗਾਈਆਂ ਨੇ ਕਰੀਨਾ ਅਤੇ ਹਾਈਡਰਾ ਮੰਗਾਈਆਂ, ਉਸ ਸਾਈਡ ਤੋਂ ਕਰਕੇ ਜੋ ਚਾਲੂ ਕਰਾਵਾਂਗੇ ਰੋਡ, ਅਤੇ ਸਾਰਾ ਕੁਛ ਪੀਸਫੁਲੀ। ਇਹ ਸਾਹਮਣੇ ਆਇਆ ਕੋਈ ਵੀ ਕਿਹਦੀ ਗਲਤੀ ਆਈ ਸਾਹਮਣੇ? ਹਜੇ ਦੇਖਦੇ ਹਾਂ, ਇਨਵੈਸਟੀਗੇਸ਼ਨ ਦਾ ਪਾਰਟ ਆ, ਹਜੇ ਅਸੀਂ ਮਿਲੇ ਨਹੀਂ ਅੱਧਿਆਂ ਨੂੰ ਤਾਂ, ਕਿਉਂਕਿ ਜੋ ਬੱਸ ਵਾਲੇ ਵੀ ਨਹੀਂ ਹੈਗੇ ਅਤੇ ਕੈਂਟਰ ਵਾਲਾ ਆ ਅਤੇ ਕਾਰ ਵਾਲਾ, ਉਹਨਾਂ ਨੂੰ ਪੁੱਛੀ ਤਾਂ ਸਾਹਮਣੇ ਆਊਗਾ ਕਿਹਦੀ ਗਲਤੀ।